ਕਾਂਗਰਸ ਦੇ ਅੰਦਰ ਮਚੀ ਹਲਚਲ ਦੇ ਵਿੱਚ ਨਵਜੋਤ ਸਿੰਘ ਸਿੱਧੂ ਦਾ ਧੜਾ ਤੇ ਦੂਜੇ ਪਾਸੇ ਬਾਕੀ ਕਾਂਗਰਸੀ ਜੈ ਕਹਿ ਲਈਏ ਪ੍ਰਤਾਪ ਸਿੰਘ ਬਾਜਵਾ ਨੇ ਜਿਹੜਾ ਸ਼ੁਰੂਆਤ ਕੀਤੀ ਉਸ ਦੇ ਜਵਾਬ ਇੱਕ ਦੂਜੇ ਨੂੰ ਦਿੱਤੇ ਜਾ ਰਹੇ ਨੇ। ਇਸ ਮਾਮਲੇ ਦੇ ਵਿੱਚ ਹੁਣ ਨਵਜੋਤ ਸਿੰਘ ਸਿੱਧੂ ਨੇ ਇੱਕ ਵਾਰੀ ਫਿਰ ਬਾਕੀ ਦੂਜੇ ਧੜੇ ਦੇ ਕਾਂਗਰਸੀਆਂ ਨੂੰ ਜਵਾਬ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਕੀ ਕਿਸੇ ਇੱਕ ਪਿੰਡ ਜਾਂ ਸ਼ਹਿਰ ਦੇ ਵਿੱਚ ਹਜ਼ਾਰ ਬੰਦਾ ਵੀ ਇਕੱਠਾ ਕਰਦਾ ਕੋਈ ਲੀਡਰ, ਉੱਥੇ ਕਾਂਗਰਸ ਦਾ ਕਿਹੜਾ ਲੀਡਰ ਚੀਫ ਗੈਸਟ ਹੁੰਦਾ, ਮੁੱਖ ਮਹਿਮਾਨ ਹੁੰਦਾ, ਲੋਕਾਂ ਵੱਲੋਂ ਸੱਦਿਆ ਜਾਂਦਾ, ਮੈਟਰ ਨਹੀਂ ਕਰਦਾ। ਗੱਲ ਤਾਂ ਕਾਂਗਰਸ ਨੂੰ ਮਜ਼ਬੂਤ ਕਰਨ ਦੀ, ਇਸ ਦੀ ਸਟਰੈਂਥ ਨੂੰ ਵਧਾਉਣ ਦੀ ਹੈ। ਕੀ ਤੁਹਾਡੇ ਕੋਲ ਬਦਲ ਹੈ ਸੱਤਾ ਧਿਰ ਨੂੰ ਜਵਾਬ ਦੇਣ ਦਾ, ਜਾਂ ਤੁਹਾਡੇ ਪਾਰਟੀਆਂ ਦਾ ਏਜੰਡਾ ਹੈ ਕਿ ਉਹ ਬਦਲ ਦੇ ਸਕਣ? ਇਸ ਤਰ੍ਹਾਂ ਦੀਆਂ ਗੱਲਾਂ ਦਾ ਜਵਾਬ ਦਿੱਤਾ ਉਦੋਂ ਨਵਜੋਤ ਸਿੰਘ ਸਿੱਧੂ ਨੇ ਜਦੋਂ ਇਹ ਦੂਜਾ ਦਿਨ ਹੋ ਚੱਲਿਆ ਕਾਂਗਰਸ ਦੇ ਅੰਦਰ ਜਿਹੜੀ ਖਾਨਾ ਜੰਗੀ ਚੱਲੀ ਹੈ, ਜਿਹੜੀ ਹਲਚਲ ਪੈਦਾ ਹੋਈ ਹੈ। ਇਸ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਨੇ, ਸਭ ਨੂੰ ਪਤਾ ਹੋਣਾ ਕਿ ਉਹ ਬਿਆਨ ਜਿਹੜਾ ਦਿੱਤਾ ਉਸ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਸਿੱਧਾ ਹੀ ਦੋ ਤਿੰਨ ਸ਼ਬਦਾਂ 'ਚ ਆਖਿਆ ਕਿ ਵੱਖਰਾ ਅਖਾੜਾ ਨਾ ਲਾਉਣ, ਸਾਡੇ ਦੋ ਦਿਨਾਂ 'ਚ ਧਰਨੇ ਸ਼ੁਰੂ ਹੋਣੇ ਨੇ ਅਤੇ ਉਸ ਦੇ ਵਿੱਚ ਆ ਕੇ ਆਪਣੇ ਵਿਚਾਰ ਰੱਖਣ, ਸਟੇਜ ਸਾਂਝੀ ਕਰਨ, ਅਸੀਂ ਉਸ ਨੂੰ ਰੋਕਦੇ ਨਹੀਂ। ਪਰ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਦੇ ਹੱਕ ਵਿੱਚ ਕੁਝ ਲੀਡਰ ਬੋਲੇ, ਨਵਜੋਤ ਸਿੰਘ ਸਿੱਧੂ ਦੀ ਵਾਲ ਤੋਂ ਇੱਕ ਪੋਸਟ ਪੈਂਦੀ ਹੈ ਜਿਸ ਵਿੱਚ 4-5 ਸਾਬਕਾ ਕਾਂਗਰਸੀ MLA ਅਤੇ ਹੋਰ 4-5 ਲੀਡਰਾਂ ਨੇ ਹੱਕ ਵਿੱਚ ਆਖਿਆ ਨਵਜੋਤ ਸਿੰਘ ਸਿੱਧੂ ਦੇ ਬੋਲੇ ਕਿ ਉਹਨਾਂ ਨੂੰ ਜਦੋਂ ਸੱਦਿਆ ਹੀ ਨਹੀਂ ਜਾਂਦਾ ਤਾਂ ਉਹ ਕਿੱਥੇ ਜਾਣ। ਤਾਂ ਇਹ ਗੱਲਾਂ ਹੁਣ ਸੱਦਿਆ ਜਾ ਰਿਹਾ ਕਿ ਨਹੀਂ ਜਾ ਰਿਹਾ, ਕਿ ਕਾਂਗਰਸ ਪਾਰਟੀ ਦੇ ਵਿੱਚ ਇੱਕ ਸੁਰਤਾ ਹੈ ਕਿ ਨਹੀਂ ਹੈ, ਹਾਲਾਂਕਿ ਕਾਂਗਰਸ ਪਾਰਟੀ ਦੇ ਲੀਡਰ ਚਾਹੇ ਨਵੇਂ ਨੇ ਪੁਰਾਣੇ, ਉਹ ਜਾਣਦੇ ਨੇ ਕਿ ਪਹਿਲਾਂ ਵੀ ਇਸ ਧੜੇਬੰਦੀ ਨੇ ਹੀ ਕਾਂਗਰਸ ਦਾ ਨੁਕਸਾਨ ਕਰਾਇਆ, ਜਿਸ ਕਰਕੇ ਆਮ ਆਦਮੀ ਪਾਰਟੀ ਦੇ ਪੈਰ ਲੱਗਣੇ ਹੋਰ ਸੌਖੇ ਹੋ ਗਏ ਪੰਜਾਬ ਦੇ ਅੰਦਰ, ਜਿਸ ਦੇ ਕਰਕੇ ਇਹ ਅੱਜ ਦਿਨ ਦੇਖਣੇ ਪੈ ਰਹੇ ਨੇ। ਕਈ ਕਾਂਗਰਸੀ ਆਗੂਆਂ ਦਾ ਇਹ ਕਹਿਣਾ ਅੰਦਰ ਖਾਤੇ, ਹਾਲਾਂਕਿ ਕੁਝ ਕਾਂਗਰਸੀ ਆਗੂ ਖੁੱਲ੍ਹ ਕੇ ਬੋਲ ਰਹੇ ਨੇ, ਕੁਝ ਚੁੱਪੋ ਵੱਟੀ ਬੈਠੇ ਨੇ ਕਿ ਅਸੀਂ ਕਿਸ ਪਾਸੇ ਖੜੀਏ। ਹਾਲਾਂਕਿ ਇੱਕ ਦਿਨ ਪਹਿਲਾਂ ਹੀ ਕਾਂਗਰਸ ਦੇ ਕੁਝ ਲੀਡਰਾਂ ਨੇ, ਜਿਸ ਦੇ ਵਿੱਚ ਮੌਜੂਦਾ ਵਿਧਾਇਕ ਵੀ ਸ਼ਾਮਲ ਨੇ ਅਤੇ ਸਾਬਕਾ ਵਿਧਾਇਕ ਵੀ, ਉਹਨਾਂ ਨੇ ਆਖਿਆ ਕਿ ਕਾਂਗਰਸ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਬਾਹਰ ਦਾ ਰਸਤਾ ਦਿਖਾਉਣਾ ਚਾਹੀਦਾ, ਕਿਉਂਕਿ ਉਹ ਕਿਸੇ ਵੇਲੇ ਵੀ ਪਾਰਟੀ ਦੇ ਅੰਦਰ ਵਿਸਫੋਟ ਕਰ ਸਕਦੇ ਨੇ। ਇਹ ਗੱਲਾਂ ਕਹੀਆਂ ਗਈਆਂ, ਉਹ ਪ੍ਰੈਸ ਨੋਟ ਜਿਹੜਾ ਜਾਰੀ ਹੋਇਆ ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ। ਪਰ ਨਵਜੋਤ ਸਿੰਘ ਸਿੱਧੂ ਨੇ ਤਾਜ਼ੀ ਟਿੱਪਣੀ ਕੀ ਕੀਤੀ ਹੈ ਇਸ ਸਿਆਸਤ ਦੇ ਉੱਤੇ? ਉਹਨਾਂ ਨੇ ਕਿਹਾ ਕਿ ਮੈਨੂੰ ਬਹੁਤ ਖੁਸ਼ੀ ਹੋਵੇਗੀ ਜੇਕਰ ਕਾਂਗਰਸ ਦੀ ਵਿਚਾਰਧਾਰਾ ਅਤੇ ਪੰਜਾਬ ਦੀ ਜਿਹੜੀ ਵਿੱਚ ਪੁਨਰ ਸੁਰਜੀਤੀ ਹੈ ਦੇ ਏਜੰਡੇ ਦਾ ਪ੍ਰਚਾਰ ਕਰਨ ਲਈ ਮੌਜੂਦਾ ਸਰਕਾਰ ਨੂੰ ਭਲਾਈ, ਲੋਕ ਭਲਾਈ ਲਈ ਜਵਾਬਦੇਹ ਬਣਾਉਣ ਦੇ ਲਈ 100 ਕਾਂਗਰਸੀ ਵੀ ਇੱਕ ਪਿੰਡ ਜਾਂ ਸ਼ਹਿਰ ਦੇ ਵਿੱਚ ਇਕੱਠੇ ਹੋਣ ਅਤੇ ਇਸ ਦੇ ਨਾਲ ਖੁਸ਼ੀ ਹੋਵੇਗੀ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਕਿਸ ਕਾਂਗਰਸੀ ਆਗੂ ਨੂੰ ਮੁੱਖ ਮਹਿਮਾਨ ਵਜੋਂ ਲੋਕ ਚੁਣਦੇ ਨੇ। ਇਹ ਸਾਡੀ ਪਾਰਟੀ ਨੂੰ ਹੋਰ ਮਜ਼ਬੂਤ ਕਰੇਗਾ, ਹੋਰ ਸਟਰੈਂਥ ਦੇਵੇਗਾ ਜੇਕਰ ਇਸ ਤਰ੍ਹਾਂ ਦੀ ਪਿੰਡ ਜਾਂ ਸ਼ਹਿਰ ਦੇ ਵਿੱਚ ਮੁਹਿੰਮ ਲਗਾਤਾਰ ਚੱਲਦੀ ਹੈ, ਚਾਹੇ 100 ਕਾਂਗਰਸੀ ਕਿਉਂ ਨਾ ਲੋਕ ਇਕੱਠੇ ਹੋਣ, ਵੱਧ ਤੋਂ ਵੱਧ ਲੋਕ ਸ਼ਾਮਲ ਹੋਣ, ਜ਼ਮੀਨੀ ਪੱਧਰ ਦੇ ਉੱਤੇ ਲੀਡਰਸ਼ਿਪ ਜਿਹੜੀ ਆ ਉਸ ਦਾ ਨਿਰਮਾਣ ਕੀਤਾ ਜਾਵੇ, ਹੋਰ ਉਸ ਨੂੰ ਮਜ਼ਬੂਤ ਕੀਤਾ ਜਾਵੇ, ਕੇਡਰ ਆ ਜਿਹੜਾ ਹੋਰ ਮਜ਼ਬੂਤ ਹੋਵੇ, ਤਿਆਰ ਕੀਤਾ ਜਾਵੇ। 8,000 ਸਮਰਥਕਾਂ ਲਈ ਅੜਿੱਕਾ ਬਣ ਕੇ ਇਸ ਦੇ ਵਿੱਚ ਕੌਣ ਕੀ ਖੱਟੇਗਾ, ਇਸ ਤਰ੍ਹਾਂ ਦਾ ਇਸ਼ਾਰਾ ਕੀਤਾ ਨਵਜੋਤ ਸਿੰਘ ਸਿੱਧੂ ਨੇ। ਅਖੀਰ ਦੇ ਵਿੱਚ ਉਹਨਾਂ ਨੇ ਇਹ ਵੀ ਲਿਖਿਆ ਕਿ ਪੰਜਾਬ ਦੇ ਲੋਕ ਤੁਹਾਡੀ ਪਾਰਟੀ ਦੇ ਏਜੰਡੇ 'ਤੇ ਵਿਸ਼ਵਾਸ ਕਰਦੇ ਨੇ, ਕਿ ਤੁਹਾਨੂੰ ਬਦਲ ਸਮਝਦੇ ਨੇ। ਇਹ ਸਵਾਲ ਆਪਣੇ ਹੀ ਲੋਕਾਂ ਨੂੰ ਕਰ ਦਿੱਤਾ, ਆਪਣੇ ਲੀਡਰਾਂ ਨੂੰ ਕਰ ਦਿੱਤਾ, ਆਪਣੀ ਪਾਰਟੀ ਦੇ ਨਵਜੋਤ ਸਿੰਘ ਸਿੱਧੂ ਨੇ। ਇਸ ਤੋਂ ਪਹਿਲਾਂ ਉਹਨਾਂ ਦੇ ਲਈ ਵੀ ਬੜੇ ਪ੍ਰੈਸ ਨੋਟ ਆ ਜਿਹੜਾ ਕਾਂਗਰਸ ਦੇ ਵੱਲੋਂ ਜਾਰੀ ਹੋਇਆ, ਜਿਸ ਵਿੱਚ ਕਾਂਗਰਸ ਦੇ ਕੁਝ ਆਗੂ ਸਨ, ਜਿਸ ਵਿੱਚ ਕਿਹਾ ਗਿਆ ਕਿ ਨਵਜੋਤ ਸਿੱਧੂ ਜੜ੍ਹਾਂ ਦੇ ਵਿੱਚ ਦਾਤੀ ਨੇ। ਇਹ ਦੱਸ ਦਿੱਤਾ ਗਿਆ ਪਾਰਟੀ 'ਚ ਰਹਿ ਕੇ ਅੰਦਰੂਨੀ ਵਿਰੋਧ ਦਾ ਕੰਮ ਕਰ ਰਹੇ ਨੇ, ਕਦੇ ਵੀ ਵਿਸਫੋਟ ਕਰ ਸਕਦੇ ਨੇ ਪਾਰਟੀ ਦੇ ਅੰਦਰ। ਹੁਣ ਸਮਾਂ ਆ ਗਿਆ ਕਿ ਸਿੱਧੂ ਨੂੰ ਬਾਹਰ ਦਾ ਦਰਵਾਜ਼ਾ ਵਿਖਾਇਆ ਜਾਵੇ। ਇਹ ਕਿਹੜੇ ਕਿਹੜੇ ਕਾਂਗਰਸੀ ਆਗੂ ਬੋਲੇ ਉਹਨਾਂ ਦੇ ਜ਼ਿਕਰ ਕਰ ਦਿੰਦੇ ਹਾਂ। ਨਵਜੋਤ ਸਿੰਘ ਸਿੱਧੂ ਵੱਲੋਂ ਪੈਦਾ ਕੀਤੇ ਗਏ, ਇਹ ਲਿਖਿਆ ਗਿਆ ਕਿ ਤਾਜ਼ਾ ਵਿਵਾਦਾਂ ਤੋਂ ਨਾਰਾਜ਼ ਹੋ ਕੇ ਪਾਰਟੀ ਦੇ ਕਈ ਆਗੂਆਂ ਨੇ ਸਿੱਧੂ ਨੂੰ ਬਾਹਰ ਦਾ ਦਰਵਾਜ਼ਾ ਦਿਖਾਉਣ ਦੀ ਮੰਗ ਕੀਤੀ ਹੈ।
ਹੁਣ ਕਾਂਗਰਸ ਦੇ ਵਿੱਚ ਬਾਕੀ ਧੜੇ ਦੇ ਵਿੱਚ ਕੌਣ ਹੈ? ਕੀ ਅਮਰਿੰਦਰ ਸਿੰਘ ਰਾਜਾ ਵੜਿੰਗ ਨਵਜੋਤ ਸਿੰਘ ਸਿੱਧੂ ਦੀ ਸਿਆਸਤ ਨਾਲ ਇਤਫਾਕ ਰੱਖਦੇ ਨੇ ਜਾਂ ਪ੍ਰਤਾਪ ਸਿੰਘ ਬਾਜਵਾ ਦੀ ਸਿਆਸਤ ਨਾਲ? ਹਾਲਾਂਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਇਸ ਪ੍ਰੈਸ ਨੋਟ ਦੇ ਵਿੱਚ ਕੋਈ ਜ਼ਿਕਰ ਨਹੀਂ ਹੈ। ਹੁਣ ਕੀ ਦੂਜੇ ਦੇ ਮੋਢੇ 'ਤੇ ਰੱਖ ਕੇ ਸਿਆਸਤ ਕੀਤੀ ਜਾ ਰਹੀ ਹੈ ਜਾਂ ਫਿਰ ਜਿਹੜੇ ਕਾਂਗਰਸੀ ਆਗੂਆਂ ਵੱਲੋਂ ਪ੍ਰੈਸ ਨੋਟ ਜਾਰੀ ਕਰਵਾਇਆ ਗਿਆ, ਕੀ ਉਹਨਾਂ ਦੀ ਵਾਕਈ 100% ਸਹਿਮਤੀ ਸੀ ਜਾਂ ਉਹਨਾਂ ਉੱਤੇ ਵੀ ਕੋਈ ਦਬਾਅ ਸੀ ਕਿ ਜੇਕਰ ਆਪਣਾ ਧੜਾ ਇੱਕ ਦੂਜੇ ਦਾ ਮਜ਼ਬੂਤ ਕਰਨਾ ਅਤੇ ਬੋਲਣਾ ਤਾਂ ਪਵੇਗਾ। ਤਾਂ ਅੱਗੇ ਉਹਨਾਂ ਨੇ ਲਿਖਿਆ ਕਿ ਹੁਣ ਸਮਾਂ ਆ ਗਿਆ ਕਾਂਗਰਸ ਹਾਈਕਮਾਂਡ ਸਾਬਕਾ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਦਰਵਾਜ਼ਾ ਬਾਹਰ ਦਾ ਦਿਖਾਵੇ। ਭਾਵੇਂ ਅਸੀਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਵਜੋਂ ਉਹਨਾਂ ਦਾ ਸਤਿਕਾਰ ਕਰਦੇ ਹਾਂ, ਪਰ ਉਹਨਾਂ ਦੇ ਕੰਮ ਅਕਸਰ ਹੀ ਪਾਰਟੀ ਦੇ ਹਿੱਤਾਂ ਦੇ ਵਿਰੁੱਧ ਹੁੰਦੇ ਨੇ, ਇਹ ਕਹਿ ਰਹੇ ਨੇ ਕੁਝ ਕਾਂਗਰਸੀ ਆਗੂ। ਇਸ ਮਸਲੇ ਦੇ ਵਿੱਚ ਇਹ ਵੀ ਕਿਹਾ ਗਿਆ, ਰਾਜਨੀਤਿਕ ਮਾਮਲਿਆਂ ਨਾਲ ਨਜਿੱਠਣ ਵਿੱਚ ਉਸਦੀ ਅਨੁਸ਼ਾਸਨਹੀਣਤਾ ਆਮ ਤੌਰ 'ਤੇ ਕਾਂਗਰਸ ਪਾਰਟੀ ਦੇ ਸਮੂਹਿਕ ਯਤਨਾਂ ਵਿਰੁੱਧ ਹੋ ਜਾਂਦੀ ਹੈ। ਇਹ ਸਪੱਸ਼ਟ ਸੀ ਕਿ ਉਹਨਾਂ ਦੀ ਅਗਵਾਈ ਵਿੱਚ ਪੰਜਾਬ ਕਾਂਗਰਸ ਨੇ 2017 ਦੀਆਂ ਚੋਣਾਂ ਵਿੱਚ 78 ਸੀਟਾਂ ਜਿੱਤਣ ਤੋਂ ਬਾਅਦ 2022 ਦੀਆਂ ਚੋਣਾਂ 'ਚ ਸਿਰਫ 18 ਸੀਟਾਂ ਜਿੱਤੀਆਂ। ਸਾਬਕਾ ਵਿਧਾਇਕ ਕੁਲਵੀਰ ਸਿੰਘ ਜੀਰਾ ਨੇ ਕਿਹਾ, ਇਹ ਗੱਲਾਂ ਕਹੀਆਂ ਨੇ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਹੋਣ ਦੇ ਨਾਤੇ ਸਿੱਧੂ ਦਾ ਫਰਜ਼ ਸੀ ਕਿ ਉਹ 2022 ਦੀਆਂ ਚੋਣਾਂ ਵਿੱਚ ਪਾਰਟੀ ਨੂੰ ਮਜ਼ਬੂਤ ਸਥਿਤੀ ਵਿੱਚ ਰੱਖਦੇ ਜਿਸ ਵਿੱਚ ਉਹ ਬੁਰੀ ਤਰ੍ਹਾਂ ਫੇਲ ਹੋ ਗਏ, ਅਸਫਲ ਰਹੇ। ਨਵਜੋਤ ਸਿੰਘ ਸਿੱਧੂ ਦਾ ਕਾਂਗਰਸ ਪਾਰਟੀ ਦੇ ਸਾਂਝੇ ਸਟੈਂਡ ਦੇ ਉਲਟ ਹੋਣ ਦਾ ਇਤਿਹਾਸ ਰਿਹਾ। ਜਿਸ ਤਰ੍ਹਾਂ ਦਾ ਕੰਮ ਉਹ ਕਰਦੇ ਨੇ ਉਸ ਤੋਂ ਸਾਫ਼ ਪਤਾ ਲੱਗਦਾ ਕਿ ਉਹ ਟੀਮ ਦਾ ਖਿਡਾਰੀ ਨਹੀਂ ਹੈ, ਜੋ ਹਮੇਸ਼ਾ ਪਾਰਟੀ ਅਤੇ ਇਸਦੇ ਵਰਕਰਾਂ ਦੀਆਂ ਕੋਸ਼ਿਸ਼ਾਂ ਨੂੰ ਘੱਟ ਕਰਦਾ ਰਹਿੰਦਾ ਹੈ। ਇਹ ਗੱਲ ਨਕੋਦਰ ਦੇ ਸਾਬਕਾ ਵਿਧਾਇਕ ਨਵਜੋਤ ਦਹੀਆ ਨੇ ਆਖੀ ਹੈ। ਔਰ ਇੱਥੇ ਅਗਲੇ ਇਹ ਹੋਰ ਕਾਂਗਰਸੀ ਆਗੂ ਬੋਲੇ ਨੇ, ਜਿਸ ਦੇ ਵਿੱਚ ਇੰਦਰਬੀਰ ਸਿੰਘ ਬੁਲਾਰੀਆ ਸਾਬਕਾ ਕਾਂਗਰਸੀ ਵਿਧਾਇਕ ਨੇ ਅੰਮ੍ਰਿਤਸਰ ਦੱਖਣੀ ਤੋਂ, ਉਹਨਾਂ ਨੇ ਆਖਿਆ ਕਿ ਯਾਦ ਰੱਖਣਾ ਜ਼ਰੂਰੀ ਹੈ ਕਿ ਜਦੋਂ 2022 ਦੀਆਂ ਚੋਣਾਂ ਲਈ ਤਤਕਾਲੀ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਗਿਆ ਸੀ, ਉਦੋਂ ਨਵਜੋਤ ਸਿੰਘ ਸਿੱਧੂ ਵੀ ਸੀਨੀਅਰ ਪਾਰਟੀ ਲੀਡਰਸ਼ਿਪ ਦੇ ਨਾਲ ਹੀ ਬੈਠੇ ਸਨ, ਪਰ ਫਿਰ ਵੀ ਪਾਰਟੀ ਦੇ ਨਾਲ ਖੜ੍ਹੇ ਹੋਣ ਦੀ ਬਜਾਏ ਉਸਨੇ ਆਪਣੀ ਵਡਿਆਈ ਵਾਲਾ ਏਜੰਡਾ ਚੁਣਿਆ, ਜਿਸ ਕਾਰਨ ਉਸਨੂੰ ਉਹ ਕੰਮ ਕੀਤੇ ਜਿਸ ਨਾਲ ਪਾਰਟੀ ਦੀਆਂ ਸੰਭਾਵਨਾਵਾਂ ਨੂੰ ਹੋਰ ਠੇਸ ਪੁੱਜੀ। ਇੱਥੇ ਹੀ ਗੱਲ ਨਹੀਂ ਮੁੱਕਦੀ, ਮੌਜੂਦਾ ਗੁਰਦਾਸਪੁਰ ਤੋਂ ਕਾਂਗਰਸ ਦੇ ਵਿਧਾਇਕ ਬਰਿੰਦਰਮੀਤ ਸਿੰਘ ਪਾੜਾ ਵੀ ਕਹਿੰਦੇ ਨੇ ਕਿ ਹੁਣ ਤੱਕ ਤੁਸੀਂ ਸਵੈ ਵਡਿਆਈ ਅਤੇ ਕੇਂਦਰ ਤੋਂ ਤੁਸੀਂ ਕਦੇ ਵੀ ਪਾਰਟੀ ਦੇ ਏਜੰਡੇ ਦਾ ਸਮਰਥਨ ਨਹੀਂ ਕੀਤਾ, ਇਹ ਉਹ ਚੀਜ਼ ਹੈ ਜਿਸ ਨੂੰ ਰੋਕਣ ਦੀ ਲੋੜ ਹੈ। ਤੁਸੀਂ PCC ਦੇ ਮੁਖੀ ਦੇ ਤੌਰ 'ਤੇ ਲੀਡਰਸ਼ਿਪ ਦੇ ਅਹੁਦੇ 'ਤੇ ਪਾਰਟੀ ਦੀ ਮਦਦ ਨਹੀਂ ਕਰ ਸਕੇ ਅਤੇ ਹੁਣ ਤੁਸੀਂ ਇੱਕ ਟੀਮ ਦੇ ਖਿਡਾਰੀ ਵਜੋਂ ਪ੍ਰਦਰਸ਼ਨ ਵਿੱਚ ਅਸਮਰੱਥ ਹੋ, ਤੁਸੀਂ ਇੱਕ ਟੀਮ ਦੇ ਕਪਤਾਨ ਅਤੇ ਟੀਮ ਦੇ ਖਿਡਾਰੀ ਦੇ ਰੂਪ ਵਿੱਚ ਸਪੱਸ਼ਟ ਤੌਰ 'ਤੇ ਅਸਫਲ ਰਹੇ ਹੋ। ਸਾਰਿਆਂ ਨੇ ਮਿਲੀਆਂ ਜੁਲੀਆਂ ਗੱਲਾਂ ਕਹੀਆਂ ਨੇ। ਮੋਹਿਤ ਮਹਿੰਦਰਾ ਜਿਹੜੇ ਕਿ ਯੂਥ ਕਾਂਗਰਸ ਦੇ ਤਾਜ਼ਾ ਚੁਣੇ ਗਏ ਪ੍ਰਧਾਨ ਨੇ, ਉਹਨਾਂ ਨੇ ਵੀ ਇਹੀ ਆਖਿਆ ਕਿ ਭਾਰਤ ਵਿੱਚ ਚੋਣਾਂ ਦੇ ਲੰਬੇ ਇਤਿਹਾਸ ਵਿੱਚ ਇੱਕੋ ਇੱਕ ਘਟਨਾ ਹੋ ਸਕਦੀ ਹੈ। ਚੋਣਾਂ ਤੋਂ 2 ਦਿਨ ਪਹਿਲਾਂ ਇੱਕ ਮੈਨੀਫੈਸਟੋ ਜਾਰੀ ਕੀਤਾ ਗਿਆ ਸੀ, ਇਹ ਸਭ ਇਸ ਲਈ ਹੈ ਕਿਉਂਕਿ ਤੁਹਾਡਾ ਧਿਆਨ ਸੱਤਾ ਅਤੇ ਲੀਡਰਸ਼ਿਪ ਦੇ ਅਹੁਦੇ 'ਤੇ ਰਹਿੰਦਿਆਂ ਪਾਰਟੀ ਦੁਆਰਾ ਤੁਹਾਨੂੰ ਸੌਂਪੇਗੀ ਉੱਚ ਪੱਧਰੀ ਅਹੁਦੇ 'ਤੇ ਕੰਮ ਕਰਨ ਨਾਲੋਂ ਅਸਲ ਵਿੱਚ ਆਪਣਾ ਏਜੰਡਾ ਚਲਾਉਣ ਵੱਲ ਝੁਕਾਅ ਸੀ। ਤੁਹਾਡੀ ਪ੍ਰਧਾਨਗੀ ਦੌਰਾਨ ਤੁਹਾਡਾ ਧਿਆਨ ਪਾਰਟੀ ਦੇ ਵਾਧੇ ਦੀ ਬਜਾਏ ਪੂਰੀ ਤਰ੍ਹਾਂ ਖੁਦ ਦੇ ਉੱਤੇ ਵਿਕਾਸ ਕਰਨ ਦੇ ਉੱਤੇ ਲੱਗਿਆ ਹੋਇਆ ਸੀ, ਇਹ ਮੋਹਿਤ ਮਹਿੰਦਰਾ ਦਾ ਕਹਿਣਾ। ਇਸੇ ਤਰੀਕੇ ਦੇ ਨਾਲ ਇਹ ਸਾਰੇ ਬਿਆਨ ਦਾ ਸਮਰਥਨ ਕੀਤਾ ਜਿਸ ਵਿੱਚ ਪ੍ਰੈਸ ਨੋਟ ਜਾਰੀ ਕੀਤਾ ਗਿਆ ਲਖਵੀਰ ਸਿੰਘ ਲੱਖਾ, ਦਵਿੰਦਰ ਸਿੰਘ ਘੁਬਾਇਆ, ਖੁਸ਼ਬਾਜ ਸਿੰਘ ਜਟਾਣਾ ਅਤੇ ਅਮਿਤ ਵਿਜ ਵੀ ਇਸ ਦੇ ਵਿੱਚ ਸ਼ਾਮਲ ਸਨ ਇਹ ਪ੍ਰੈਸ ਨੋਟ ਜਾਰੀ ਕਰਵਾਉਣ ਦੇ ਵਿੱਚ। ਤਾਂ ਹੁਣ ਦੇਖਦੇ ਹਾਂ ਕਿ ਇਸ ਮਾਮਲੇ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੇ ਜਿਹੜਾ ਜਵਾਬ ਦਿੱਤਾ ਹੈ ਕਿ ਕੀ ਤੁਹਾਡੇ ਏਜੰਡੇ ਨੂੰ ਲੋਕ ਪ੍ਰਵਾਨ ਕਰਦੇ ਨੇ, ਕੀ ਤੁਸੀਂ ਬਦਲ ਵਜੋਂ ਪੇਸ਼ ਹੋ ਰਹੇ ਹੋ ਲੋਕਾਂ ਦੀ ਭਲਾਈ ਕਰਵਾਉਣ ਦੇ ਲਈ? ਜੇਕਰ ਹਜ਼ਾਰ ਲੋਕ ਪਿੰਡ ਜਾਂ ਸ਼ਹਿਰ 'ਚ ਇਕੱਠੇ ਹੁੰਦੇ ਨੇ ਉੱਥੇ ਕਾਂਗਰਸ ਦਾ ਕਿਹੜਾ ਲੀਡਰ ਮੁੱਖ ਮਹਿਮਾਨ ਹੈ? ਇਸ ਦੇ ਨਾਲ ਫਰਕ ਨਹੀਂ ਪੈਣਾ ਚਾਹੀਦਾ, ਬਲਕਿ ਕਾਂਗਰਸ ਨੂੰ ਸਟਰੈਂਥ ਮਿਲਣੀ ਚਾਹੀਦੀ ਹੈ, ਸਾਡਾ ਕੇਂਦਰ ਮਜ਼ਬੂਤ ਹੋਣਾ ਚਾਹੀਦਾ। ਨਵਜੋਤ ਸਿੰਘ ਸਿੱਧੂ ਦੀ ਸਿਆਸਤ ਨਾਲ ਤੁਸੀਂ ਇਤਫਾਕ ਰੱਖਦੇ ਹੋ ਕਿ ਉਹ ਆਪਣੀ ਥਾਂ 'ਤੇ ਠੀਕ ਨੇ ਜਾਂ ਬਾਕੀ ਕਾਂਗਰਸੀ ਆਗੂ ਜਿਵੇਂ ਕਹਿ ਰਹੇ ਨੇ ਨਵਜੋਤ ਸਿੰਘ ਸਿੱਧੂ ਦੇ ਬਾਰੇ ਉਹ ਗੱਲ ਤੁਹਾਨੂੰ ਠੀਕ ਜਾਪਦੀ ਹੈ? ਆਪਣੀ ਆਪਣੀ ਰਾਏ ਸਾਂਝੀ ਕਰ ਸਕਦੇ ਹੋ ਕਿ ਕਿਹੜਾ ਸਿਆਸਤ ਕਿਹੜੀ ਥਾਂ ਦੇ ਉੱਤੇ ਠੀਕ ਕਰ ਰਿਹਾ ਅਤੇ ਕੌਣ ਗਲਤ ਦਿਸ਼ਾ ਵੱਲ ਤੁਰ ਰਿਹਾ।
ਇਸ ਦੇ ਬਾਰੇ ਆਪਣੇ ਨਿੱਜੀ ਵਿਚਾਰ ਵੀ ਸਾਂਝੇ ਕਰ ਸਕਦੇ ਹੋ। ਫਿਲਹਾਲ ਤੁਸੀਂ ਬਣੇ ਰਹੋ ਅਗਲੇ ਅਪਡੇਟ ਤੱਕ ਦੇ ਲਈ ABC ਪੰਜਾਬ ਦੇ ਨਾਲ।